ਵਿੱਚ ਸ਼ਾਇਦ ਸਭ ਤੋਂ ਜ਼ਿਆਦਾ ਕਾਨੂੰਨ ਵਿਵਸਥਾ ਕਪੂਰਥਲਾ ਵਿੱਚ ਲਾਗੂ ਨਹੀਂ ਕੀਤੀ ਗਈ। ਇਸ ਕਰਕੇ ਕਾਨੂੰਨ ਦੀ ਧਾਰਾ 144 CRPC 17 ਜਨਵਰੀ 2022 ਤੱਕ ਜ਼ਿਲ੍ਹਾ ਡਿਪਟੀ ਕਮਿਸ਼ਨਰ ਕਪੂਰਥਲਾ ਦਿੱਤੀ ਉੱਪਰ ਨੇ ਲਾਗੂ ਕਰ ਦਿੱਤੀ ਹੈ। ਧਾਰਾ 144 ਨੂੰ ਲੈ ਕੇ ਸਬਕਾ ਜੱਜ ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕਪੂਰਥਲਾ ਦੇ ਸੰਭਾਵਿਤ ਉਮੀਦਵਾਰ ਮੰਜੂ ਰਾਣਾ ਨੇ ਪਾਰਟੀ ਦੇ ਵਰਕਰਾਂ ਦੇ ਨਾਲ ਆਪਣੇ ਦਫ਼ਤਰ ਕਪੂਰਥਲਾ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕੈਬਨਿਟ ਮੰਤਰੀ ਰਾਣਾ ਗੁਰਜੀਤ ਤੇ ਦੋਸ਼ ਲਗਾਏ ਨੇ ਕਿ ਉਹਨਾਂ ਦੇ ਕਹਿਣ ਤੇ ਡਿਪਟੀ ਕਮਿਸ਼ਨਰ ਕਪੂਰਥਲਾ ਦਿੱਤੀ ਉੱਪਰ ਨੇ ਧਾਰਾ 144 ਲਾਗੂ ਕੀਤੀ ਹੈ। ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਕਪੂਰਥਲਾ ਵਿੱਚ ਵੱਧ ਰਹੀ ਲੋਕਪ੍ਰਿਯਤਾ ਦੇ ਘਬਰਾ ਕੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਕਿਸੇ ਚੋਣਵੀ ਗਤੀਵਿਧੀ ਨਾ ਕਰ ਸਕੀ ਕਿਉਂਕਿ ਮੈਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਦਾ ਸਮਾਂ 22 ਤਰੀਕ ਮੈਨੂੰ ਦਿੱਤੀ ਗਈ ਹੈ ਤੇ ਉਹਨਾਂ ਨੇ ਹੋਰ ਕੀ ਕੁਝ ਕਿਹਾ ਆਓ ਤੁਹਾਨੂੰ ਦਿਖਾਉਂਦੇ ਹਾਂ। ਹੋਰ ਜਾਣਕਾਰੀਆਂ ਲੈਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਤੁਸੀਂ ਦੇਖ ਰਹੇ ਹੋ ਚੈਨਲ ਸ਼ਾਨ ਪੰਜਾਬੀ ਮਾਣ ਪੰਜਾਬ ਦਾ। ਜਿਹੜੇ ਆਪਣੇ ਇੱਥੇ ਡਿਪਟੀ ਕਮਿਸ਼ਨਰ ਉਹਨਾਂ ਨੇ ਲਗਾਈ ਹੈਗੀ ਆ, ਈਵਨ ਜਿਹੜੀ ਅਖਬਾਰ 'ਚ ਨਿਊਜ਼ ਦਿੱਤੀ ਉਹਦੇ 'ਚ ਵੀ ਨਹੀਂ ਲਿਖਿਆ ਕਿ ਜੀ ਇੱਥੇ ਕੋਈ ਦੰਗਾ ਫਸਾਦ ਹੋਣ ਦੇ ਚਾਂਸਿਸ ਹੈ। ਸਿੰਪਲ 144 ਲਾਤੀ ਇਹ ਲਿਖ ਕੇ ਜੀ ਪੰਜ ਤੇ ਪੰਜ ਤੋਂ ਜ਼ਿਆਦਾ ਬੰਦੇ ਇਕੱਠੇ ਨਾ ਹੋਣ। ਇਹਦਾ ਜਿਹੜਾ ਬੇਸਿਕ ਕਾਰਨ ਆ ਲਗਾਉਣ ਦਾ ਉਹ ਇਹ ਹੈ ਕਿ ਇਸ ਟਾਈਮ ਦੇ ਉੱਤੇ ਆਮ ਆਦਮੀ ਪਾਰਟੀ ਦੇ ਵਿੱਚ ਦਾ ਕਾਫੀ ਜ਼ੋਰ ਹੈ, ਬਹੁਤ ਪ੍ਰਚਾਰ ਹੈਗਾ ਵਾ ਲੋਕਾਂ ਦੇ ਵਿੱਚ, ਅਤੇ ਕਪੂਰਥਲੇ ਦੇ ਵਿੱਚ ਰਾਣਾ ਗੁਰਜੀਤ ਸਿੰਘ ਜੀ ਨਹੀਂ ਚਾਹੁੰਦੇ ਕਿ ਆਮ ਆਦਮੀ ਪਾਰਟੀ ਆਪਣਾ ਖੁੱਲ੍ਹ ਕੇ ਪ੍ਰਚਾਰ ਕਰ ਸਕੇ। ਉਹਨਾਂ ਦੇ ਪ੍ਰਚਾਰ ਨੂੰ, ਆਮ ਆਦਮੀ ਪਾਰਟੀ ਦੇ ਪ੍ਰਚਾਰ ਨੂੰ ਦਬਾਉਣ ਲਈ ਸਿਰਫ ਕਪੂਰਥਲਾ 'ਚ ਵਿੱਚ ਹੀ ਆ 144 ਲਗਾਈ ਗਈ ਹੈ। ਦੇਖੋ, ਮੈਂ ਟੈਲੀਫੋਨ 'ਤੇ ਵੀ ਮੈਡਮ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ ਸੀ ਕਿ ਦੇਖੋ ਮੈਮ, ਤੁਸੀਂ ਮੈਨੂੰ ਪਲੀਜ਼ ਸਰਕਮਸਟਾਂਸਿਸ ਦੱਸੋ ਕਿ ਕਿਹਨਾਂ ਕਿਹੜੇ ਹਾਲਾਤ ਇੱਦਾਂ ਦੇ ਪੈਦਾ ਹੋਏ ਕਿ ਤੁਸੀਂ 144 ਲਗਾਈ ਹੈਗੀ ਆ। ਔਰ ਲੇਕਿਨ ਉਹਨਾਂ ਕੋਲ ਕੋਈ ਜਵਾਬ ਨਹੀਂ ਸੀਗਾ। ਉਹਨਾਂ ਨੂੰ ਮੈਂ ਐਕਸਪਲੇਨ ਵੀ ਕੀਤਾ ਵੀ 144 ਤਾਂ ਉਹਨਾਂ ਹਾਲਾਤਾਂ 'ਚ ਲੱਗਦੀ ਆ ਜੇ ਕੋਈ ਦੰਗੇ ਫਸਾਦ ਇਮੀਡੀਏਟਲੀ ਹੋਣ ਲੱਗੇ ਆ, ਕੋਈ ਜਾਨੀ ਅਤੇ ਮਾਲੀ ਨੁਕਸਾਨ ਹੋਣ ਵਾਲਾ ਹੈਗਾ ਵਾ। ਕਪੂਰਥਲਾ ਤਾਂ ਇੱਕ ਨੋਰਮਲ ਔਰ ਪੀਸਫੁੱਲ ਲਾਈਫ ਚੱਲ ਰਹੀ ਲੋਕਾਂ ਦੀ ਉੱਤੇ, ਔਰ ਕਿਸੇ ਤਾਂ ਕਿਸੇ ਪਾਸੇ ਧਮਕੀ ਨਹੀਂ ਹੈਗੀ। ਅਤੇ ਮੈਨੂੰ ਕਾਰਨ ਐਕਸਪਲੇਨ ਕਰੋ ਵੀ ਪਾਵਰਾਂ ਕਿਉਂ ਯੂਜ਼ ਕੀਤੀਆਂ ਗਈਆਂ ਹੈਗੀਆਂ। ਪੰਜਾਬ 'ਚੋਂ ਸਿਰਫ ਕਪੂਰਥਲੇ ਦੇ ਵਿੱਚ, ਡਿਸਟ੍ਰਿਕਟ ਦੇ ਵਿੱਚ ਲਗਾਈ ਗਈ ਹੈਗੀ ਆ। ਮੈਡਮ ਕੋਈ ਜਵਾਬ ਨਹੀਂ ਦੇ ਪਾਈ, ਡਿਪਟੀ ਕਮਿਸ਼ਨਰ ਰਾਧਰੋਂ ਨੇ ਫੋਨ ਬੰਦ ਕਰ ਦਿੱਤਾ। ਉਸ ਤੋਂ ਬਾਅਦ ਮੈਡਮ ਨੂੰ ਅਸੀਂ ਈਮੇਲ ਵੀ ਮੈਂ ਕੀਤੀ ਹੈਗੀ ਆ ਕਿ ਮੈਡਮ ਦੇਖੋ ਹਾਲਾਤ ਨੋਰਮਲ ਹੈ, ਪੀਸਫੁੱਲ ਲਾਈਫ ਆ ਲੋਕਾਂ ਦੀ, ਅਤੇ ਤੁਸੀਂ 144 ਕਿਉਂ ਲਗਾਈ ਹੈਗੀ ਆ, ਇਹਨੂੰ ਵਿਦਡਰਾਅ ਕਰੋ। ਰਾਧਰ ਤੁਸੀਂ ਤਾਂ ਜਿਹੜੇ ਕਪੂਰਥਲੇ ਦੇ ਸਿਟੀਜ਼ਨ